ਪੀਐਸ ਦਾ ਫੋਨ ਆ ਗਿਆ। ਕਬੀਰ ਦਾ ਪੀਐਸ ਤਾਂ ਮੈਂ ਆ। ਤਾਰੀਫ ਕਰਨੀ ਸੀ ਮੈਂ ਭੁੱਲ ਹੀ ਗਿਆ। ਚੌਣਿਆ ਉਹ ਬਹਿ ਜਾ ਟੈਕੇ ਤਨ ਮੈਂ ਦੱਸਾਂ। ਇਹ ਮੈਂ ਸੋਟੀ ਬੜੀ ਫੇਰਦਾ ਹਾਂ। ਓਏ ਭੱਜ ਲੋ ਮਾਸੜ ਆ ਗਿਆ ਏ। ਹੈਲੋ ਗਾਇਜ਼ ਆਮ ਯੂਰ ਪੀਐਸ ਅਡਵਾਲ। ਰੂਮ ਦਾ ਸ਼ੀਸ਼ਾ ਥੋੜਾ ਜਿਹਾ ਹੈਗਾ ਗੰਦਾ। ਜੇ ਆਪਾਂ ਸਟਾਰਟ ਕਰਦੇ ਆ ਮੇਰਾ ਪਹਿਲਾ ਵਲੌਗ ਦੇਖਦੇ ਆ। ਰੈਗੂਲਰ ਲਾਈਫ ਹੋਮ ਟੂਰ ਕਰਵਾਉਣੇ ਆ। ਚਲੋ ਸ਼ਾਇਦ ਤੁਹਾਨੂੰ ਗਾਇਜ਼ ਪਤਾ ਹੋਵੇ ਕਿ ਦਾਬਾ ਕੀ ਹੁੰਦਾ। ਐਕਚੁਅਲੀ ਜਦੋਂ ਆਪਾਂ ਕਿਸੇ ਦਰਖਤ ਤੋਂ ਨਵਾਂ ਫਲ ਲੈਣਾ ਹੋਵੇ, ਨਵੀਂ ਟਾਹਣੀ, ਇੱਕ ਨਵਾਂ ਬੂਟਾ ਲੈਣਾ ਹੋਵੇ, ਉਹ ਦਾਬ ਆਪਾਂ ਕੱਟੀ ਦੀ ਆ। ਟਾਹਣੀ ਨੂੰ ਗੱਬਿਆਂ ਛਿੱਲ ਲਈਦਾ ਆ, ਮਿੱਟੀ ਆਟੇ ਵਾਂਗੂ ਗੁੰਨ ਕੇ ਰੈਪ ਕਰਕੇ ਅਤੇ ਉਹਦੇ ਉੱਤੋਂ ਆਪਾਂ ਪੇਪਰ ਰੈਪਿੰਗ ਕਰ ਦਿੱਤੀ ਆ। ਸੋ ਅੱਜ ਤੁਹਾਨੂੰ ਅਸੀਂ ਉਹ ਦਿਖਾਵਾਂਗੇ ਕਿੱਦਾਂ ਬਣਦੀਆਂ ਦਾਬਾਂ। ਨਾਨਾ ਜੀ ਦਾਬਾ ਬਣਾ ਰਹੇ ਆ। ਕਰਦੇ ਕੀ ਪਏ ਆਪਾਂ? ਕਲਮਾ ਲਾਉਣਾ, ਕਲਮਾ ਅਤੇ ਤੂੰ ਗਾਹਾਂ ਦੂਰ ਵੀ ਚਲਾ ਜਾਣਾ, ਛੇਤੀ ਫਲ ਲੱਗਣਾ। ਦੂਆ ਫੁੱਟਾ ਤਿਆਰ ਕਰਨਾ। ਬਰੇਵ ਹਾਰਟ ਹੁਣ ਛੱਲਿਆ, ਛੱਲ ਕੇ ਫਿਰ ਮਿੱਟੀ ਤਿਆਰ ਕਰਕੇ ਤਬ ਦਿਖਾਉਂਗੇ। ਨਾ ਮੜ ਜੇ ਇੱਥੋਂ ਤਾਂ ਛਿੱਲ ਲੈਣਾ ਆ, ਉਹਦੇ ਉੱਤੇ ਮਿੱਟੀ ਪਾ ਦੇਣੀ ਅਤੇ ਲਿਫਾਫਾ ਬੰਨ੍ਹਣਾ, ਆਟਾ ਗੁੰਨ ਕੇ ਮਿੱਟੀ ਦਾ ਬਈ। ਇਹ ਬੋਨਜ਼ਾਏ ਹੈਗਾ ਆ, ਇਹਨੂੰ ਹੁਣ ਤੋਂ ਹੀ ਅੰਬ ਲੱਗਣੇ ਸ਼ੁਰੂ ਹੋ ਗਏ ਆ। ਇਹਨੂੰ ਹਲੇ ਘੱਟ ਲੱਗਦੇ ਆ, ਬੋਨਜ਼ਾਏ ਨਹੀਂ ਹੈਗਾ ਇਹ, ਇਹ ਹਲੇ ਵੱਡਾ ਹੋ ਗਿਆ ਅੰਬ ਦਊਗਾ। ਇਹ ਲੱਗੀ ਦਾਬ ਤੇ ਹੁਣੇ ਤਿਆਰ ਕਦੋਂ ਤੱਕ ਹੋਣੀ ਆ? ਅੱਜ ਤਾਂ ਪੂਰਾ ਪਿੰਡ ਵਾਲਾ ਮਾਹੌਲ ਬਣਿਆ ਪਿਆ ਬਾਬੇ, ਉਹ ਸ਼ਹਿਰ 'ਚ ਹੀ ਮੱਝਾਂ ਵੀ ਆ ਗਈਆਂ ਨੇ ਨਾਲ ਦੀ ਨਾਲ। ਗਾਈਜ਼ ਮੈਂ ਇਕੱਲੇ ਟੂਰ ਨਹੀਂ ਕਰਦਾ, ਮੈਂ ਜੋਬ ਵੀ ਕਰਦਾ ਆ ਐਂਡ ਮੈਂ ਕੋਰਸ ਵੀ ਕਰਦਾ ਆ। ਸੋ ਅੱਜ ਤੁਹਾਨੂੰ ਡੇਲੀ ਰੂਟੀਨ ਦਾ ਪੂਰਾ ਵਲੌਗ ਦਿਖਾਵਾਂਗੇ ਕਿ ਕਿੱਦਾਂ ਕਿੱਦਾਂ ਜਾਈਦਾ ਆਪਾਂ ਆਫਿਸ। ਐਕਚੁਅਲੀ ਅੱਜ ਮੈਂ ਥੋੜ੍ਹਾ ਜਿਹਾ ਹੋ ਗਿਆ ਲੇਟ, ਚਲੋ ਕੋਈ ਚੱਕਰ ਨਹੀਂ, ਚੱਲਦੇ ਹਾਂ ਆਪਾਂ। ਹਾਂਜੀ ਗਾਈਜ਼ ਆਪਾਂ ਰੈਡੀ ਹਾਂ ਜੀ ਹੁਣ ਜਾਣ ਵਾਸਤੇ, ਚਲੋ ਫਿਰ। ਹਾਂਜੀ ਗਾਈਜ਼ ਸਭ ਤੋਂ ਪਹਿਲਾਂ ਆਪਾਂ ਜਾ ਰਹੇ ਹਾਂ ਕਬੀਰ ਦੇ ਘਰੇ ਜਿੱਥੇ ਮੇਰੇ ਕੀ ਹੈੱਡਫੋਨ ਰਹਿ ਗਏ ਸੀਗੇ। ਮੇਰੇ ਫੋਨ ਦਾ ਮਾਈਕ ਇੰਨਾ ਕਾਮਯਾਬ ਨਹੀਂ ਹੈਗਾ, ਹੈੱਡਫੋਨ ਨਾਲ ਆਪਾਂ ਕੰਮ ਚਲਾਵਾਂਗੇ। ਮੈਨੂੰ ਮਾਈਕ ਸੀਗਾ ਮਿਲ ਗਿਆ, ਹੈੱਡਫੋਨ ਨੂੰ ਯੂਜ਼ ਕਰ ਰਿਹਾ। ਆਪਣੇ ਨਾਲ ਹੈਗਾ ਜੀ ਪ੍ਰੀਤ ਚੱਡਾ, ਅਤੇ ਹੁਣ ਮੈਂ ਫੋਨ ਨੂੰ ਬਹੁਤ ਔਖੇ ਤਰੀਕੇ ਨਾਲ ਫੜਿਆ ਆ। ਚਲੋ ਹੁਣ ਟਰਾਈਪੋਡ ਲੈ ਕੇ ਆਉਂਦੇ ਹਾਂ। ਲੈ ਵੀ ਆਪਾਂ ਪਹੁੰਚ ਗਏ ਬਾਈ ਦੀ ਦੁਕਾਨ 'ਤੇ, ਟਰਾਈਪੋਡ ਖਰੀਦ ਲਿਆ, ਕਾਰ ਮਾਊਂਟ ਵੀ ਖਰੀਦ ਲਿਆ। ਹੁਣ ਵੀਡੀਓ ਥੋੜ੍ਹੀ ਸੌਖੀ ਬਣਿਆ ਕਰੂਗੀ। ਸੁੱਖ ਭਾਅ ਨੇ ਬੜਾ ਘੈਂਟ ਕੰਮ ਕੀਤਾ, ਇਹ ਤਾਂ ਲੱਗ ਰਿਹਾ ਪ੍ਰੀਤ ਵਾਲੇ ਫੋਨ 'ਤੇ। ਆਪਣੇ ਵਾਲੇ ਫੋਨ ਤੋਂ ਮੈਂ ਸੁਲਤਾਨ ਦੀ ਫੋਟੋ ਲਵਾਈ ਆ, ਵਿਦ ਸਾਪਸ ਖੋਲੀਏ। ਜਤਿਨ ਭਰਾ, ਜਤਿਨ ਇੰਟਰਪ੍ਰਾਈਜ਼, ਆਪਾਂ ਇੱਥੋਂ ਹੀ ਆਈਦਾ ਜਿੰਨੀ ਵਾਰੀ ਸਮਾਨ ਲੈਣਾ ਚਾਹੀਦਾ। ਐਡਰੈਸ ਵੀ ਤੁਹਾਨੂੰ ਦੇ ਦਾਂਗੇ, ਡਿਸਕ੍ਰਿਪਸ਼ਨ 'ਚ ਇਹਦਾ ਨੰਬਰ ਆਪਾਂ ਪਾ ਦੇਣਾ, ਚੈੱਕ ਦਿਓ। ਹਾਂਜੀ ਗਾਈਜ਼ ਹੁਣ ਆਪਾਂ ਆ ਚੁੱਕੇ ਹਾਂ ਵਾਪਸ ਕਾਰ ਦੇ ਵਿੱਚ। ਸੱਚੀ ਯਾਰ ਬੰਦੇ ਨੇ ਰੀਝ ਲਾ ਕੇ ਕੰਮ ਕੀਤਾ ਫੋਨ 'ਤੇ, ਬਹੁਤ ਘੈਂਟ ਗੱਲਬਾਤ ਬਣਾ ਛੱਡੀ ਆ। ਹਾਂ ਅਤੇ ਚੱਲਦੇ ਹਾਂ ਸਲੋਨ ਨੂੰ। ਹਾਂਜੀ ਬਾਬਿਓ, ਗੱਲਬਾਤ ਹੋ ਗਈ ਆਪਣੀ ਸਾਰੀ, ਸਮਾਨ ਆਪਾਂ ਲੈ ਲਿਆ ਆ, ਸੈਲਫੀ ਸਟਿੱਕ ਰਹਿ ਗਈ ਆ, ਉਹ ਆਪਾਂ ਉੱਧਰੋਂ ਹੀ ਜਾ ਕੇ ਲਵਾਂਗੇ। ਮੈਨੂੰ ਸਮਝ ਨਹੀਂ ਲੱਗਦੀ ਮੇਰੇ ਦਿਮਾਗ ਖਰਾਬ ਕਰਤਾ ਯਾਰ, ਪਾਉਣਾ ਆ ਆਬਵੀਅਸ ਪਾਉਂਗਾ ਮੈਂ ਵਲੌਗ 'ਚ। ਅੱਛਾ ਹੁਣ ਸਾਨੂੰ ਪੀਐਸ ਦਾ ਫੋਨ ਆ ਗਿਆ, ਪੀਐਸ ਤਾਂ ਮੈਂ ਆ, ਕਬੀਰ ਦਾ ਫੋਨ ਆਇਆ, ਕਬੀਰ ਦਾ ਹੁਣ ਸਾਨੂੰ ਫੋਨ ਆ ਗਿਆ ਮਿੱਤਰੋ, ਕਹਿੰਦਾ ਭਾਜੀ ਹੁਣੀ ਛੇਤੀ ਆ ਜਾਣ, ਨਹੀਂ ਤਾਂ ਛਿੱਤਰ ਲੈ ਕੇ ਅਸੀਂ ਪਹੁੰਚਦੇ ਹਾਂ। ਦਿਸ ਇਜ਼ ਮਾਈ ਉਸਤਾਦ ਜੀ ਸੈਮ ਗਰੇਵਾਲ, ਇਜ਼ ਆਲਸੋ ਅ ਯੂਟਿਊਬਰ, ਬਹੁਤ ਸੋਹਣੀਆਂ ਸੋਹਣੀਆਂ ਵੀਡੀਓਜ਼ ਹੁੰਦੀਆਂ, ਡਿਸਕ੍ਰਿਪਸ਼ਨ 'ਚ ਲਿੰਕ ਆ, ਚੈੱਕ ਜ਼ਰੂਰ ਕਰ ਲਿਓ। ਆਇਓ ਤੁਹਾਨੂੰ ਆਪਾਂ ਸਲੋਨ ਟੂਰ ਕਰਾਉਂਦੇ ਹਾਂ। ਦੈਟਸ ਅ ਪਲੇਸ ਜਿੱਥੇ ਕਿ ਮੈਂ ਕੋਰਸ ਵੀ ਕਰਦਾ ਹਾਂ ਐਂਡ ਪਾਰਟ ਟਾਈਮ ਜੋਬ ਵੀ ਕਹਿ ਸਕਦੇ ਹਾਂ ਜਿਹਨੂੰ ਕਿ ਆਪਾਂ। ਹਾਂ ਲਾਈਟਿੰਗ ਆਲ ਰਾਊਂਡਰ ਹੀ ਆ ਜੀ ਬੰਦਾ। ਤੇ ਵਲੌਗਿੰਗ ਸਟਾਰਟ ਕੀਤੀ ਆ ਤੁਸੀਂ ਯਾਰ, ਐਡੀਟਿੰਗ ਜੇਕਰ ਤੁਸੀਂ ਪੂਰੀ ਸਪੋਰਟ ਕਰੋਗੇ ਆਪਾਂ ਪ੍ਰੋਪਰ ਕੈਮਰਾ ਐਂਡ ਟ੍ਰਾਈਪੋਡ। ਸੌਰੀ ਓਕੇ 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 ਭਾਜੀ ਬੋਲਣਗੇ ਇਹ ਬੰਦੇ ਦਾ। ਸਭ ਤੋਂ ਪਹਿਲਾਂ ਮੈਂ ਹੁਣ ਕਹਿ ਰਿਹਾ ਮੈਂ ਇੱਥੇ ਲੈ ਲਵਾਂ। ਹਾਂ ਓਕੇ ਬੇਟਾ, ਹਾਂ ਓਕੇ, ਸਤਿ ਸ਼੍ਰੀ ਅਕਾਲ, ਚੱਲ ਰਹੀ ਹੈ? ਚੱਲ ਰਹੀ ਹੈ ਯਾਰ। ਟੁਮਾਰੋ 2000 ਇਅਰਸ ਲੇਟਰ। ਤਾਰੀਫ ਕਰਨੀ ਸੀ ਮੈਂ ਭੁੱਲ ਹੀ ਗਿਆ। ਬਹੁਤ ਸੋਹਣੇ
ਖੁਸ਼ਦਿਲ ਬੰਦਾ ਬਹੁਤ ਗਰੀਆ ਆ ਬਹੁਤ ਗਧੀਆ ਆ ਬਹੁਤ ਵਧੀਆ ਬੰਦਾ ਆ ਜੀ ਤੇ ਬਿਕੋਜ਼ ਆਲਰਾਊਂਡਰ ਆ ਫਸਟ ਬਲੌਗਰ ਆ ਆਪਣੇ ਫਗਵਾੜੇ ਦਾ ਸੋ ਕਾਈਂਡਲੀ ਪਲੀਜ਼ ਸ਼ੇਅਰ ਕਰਨਾ ਵੀਡੀਓ ਨੂੰ ਸੋ ਕੋਈ ਗੱਲ ਨਹੀਂ ਆ ਰਹੀ ਹੱਥ ਹੱਥ ਰੱਖਣਾ ਮੁੰਡੇ ਤੇ ਮਾੜਾ ਜਿਹਾ ਆਪਣਾ ਆਸ਼ੀਰਵਾਦ ਦੇ ਇੱਧਰ ਸਾਡੇ ਸਲੂਨ ਦਾ ਸਟਾਫ ਬੈਠਾ ਹੈ ਇੱਕ ਮੇਰਾ ਹੋਰ ਉਸਤਾਦ ਜੀ ਜਿਹੜੇ ਮੈਨੂੰ ਕਟਿੰਗ ਸਿਖਾਉਂਦੇ ਆ ਦ ਮਾਹੀ ਅਸੀਂ ਕੀ ਬੋਲੀਏ ਮੇਰਾ ਨਾਮ ਸੋਟੀ ਗਰੇਵਾਲ ਸਾਡੇ ਪੀਐਸ ਕਟਵਾਲ ਜੀ ਸਾਡੇ ਸੈਲੂਨ ਦੀ ਵੀਡੀਓਜ਼ ਇਹੀ ਅਪਡੇਟ ਕਰਦੇ ਆ ਵਲੌਗਿੰਗਸ ਵੀ ਸਾਡੀਆਂ ਇਹੀ ਮਤਲਬ ਰੈਡੀ ਕਰਦੇ ਆ ਬਹੁਤ ਵਧੀਆ ਉਹਨਾਂ ਦੀ ਨੇਚਰ ਆ ਬਹੁਤ ਹੀ ਵਧੀਆ ਮਤਲਬ ਕੰਮ ਕਰਦੇ ਆ ਥੈਂਕ ਯੂ ਇੰਨੀ ਤਰੀਫ ਆਪਾਂ ਨੂੰ ਹਜਮ ਨਹੀਂ ਹੁੰਦੀ ਸੋ ਵੀਡੀਓ ਜਿਹੜੀ ਵਲੌਗਸ ਦੀ ਸਲੋਨ ਦੀਆਂ ਜਿਹੜੇ ਵਲੌਗਸ ਹੈਗੇ ਆ ਉਹ ਥੱਲੇ ਡਿਸਕ੍ਰਿਪਸ਼ਨ 'ਚ ਮੈਂ ਲਿੰਕ ਦੇ ਦੂੰਗਾ ਐਂਡ ਗਲੈਮਰ ਵਿਲਾ ਦਾ ਚੈਨਲ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਨਾ ਆ ਉਹਦੇ ਉੱਤੇ ਵੀ ਮੈਂ ਅਪਡੇਟਸ ਪਾਉਂਦਾ ਰਹਿੰਦਾ ਹੁੰਦਾ ਹਾਂ ਅਤੇ ਇਸ ਚੈਨਲ 'ਤੇ ਮੇਰੀ ਫਸਟ ਵੀਡੀਓ ਆ ਸੋ ਇੱਕ 'ਤੇ ਵੀ ਤੁਸੀਂ ਸਪੋਰਟ ਕਰਨੀ ਆ ਮੈਨੂੰ ਕਬੀਰ 24 ਘੰਟੇ ਮੇਰੇ ਨਾਲ ਰਹਿੰਦਾ ਆ ਹੀ ਇਜ਼ ਮਾਈ ਰਾਈਟ ਆਰਮ ਪਰ ਇਸ ਟਾਈਮ ਮੇਰੇ ਖੱਬੀ ਸੀਟ 'ਤੇ ਬੈਠਾ ਆ ਹੁਣ ਕਬੀਰ ਮੈਨੂੰ ਦਊਗਾ ਆਪਣੇ ਵਾਲੀ ਸੈਲਫੀ ਸਟਿੱਕ ਜੋ ਕਿ ਇਹਦੀ ਭੂਆ ਨੇ ਇਹਦੇ ਲਈ ਬਾਹਰੋਂ ਲਿਆਂਦੀ ਸੀ ਦਿਲ 'ਤੇ ਪੱਥਰ ਰੱਖ ਕੇ ਕਹਿ ਰਹੇ ਲੱਲੀ ਚੱਲ ਫਿਰ ਹੁਣ ਹੀ ਲੈਣ ਜਾਣੀ ਆ ਚਲੋ ਬੰਦ ਕਰੋ ਗੱਡੀ ਨੂੰ ਓਪ ਚਾਮਲ ਕਿੱਥੇ ਆ ਯਾਰ ਤੁਹਾਨੂੰ ਇੱਕ ਸਪੈਸ਼ਲ ਬੰਦੇ ਨਾਲ ਮਿਲਾਉਣਾ ਸੀਗਾ ਯਾਰ ਗਾਈਜ਼ ਉਹ ਬੰਦੇ ਨੂੰ ਤੁਹਾਨੂੰ ਮਿਲਾਉਣਾ ਸੀਗਾ ਉਹ ਬੰਦਾ ਬਾਲਾ ਘੈਂਟ ਆ ਰੰਗ ਇੰਨਾ ਚਿੱਟਾ ਉਸ ਬੰਦੇ ਦਾ ਹਾਂਜੀ ਗਾਈਜ਼ ਕੱਲ੍ਹ ਨੂੰ ਆਪਾਂ ਇੱਕ ਸਪੈਸ਼ਲ ਵਲੌਗ ਲੈ ਕੇ ਆਵਾਂਗੇ ਜਿਹਦੇ ਵਿੱਚ ਕਿ ਤੁਹਾਨੂੰ ਅਸੀਂ ਪ੍ਰੋਪਰ ਟੀਚ ਕਰਾਂਗੇ ਕਿ ਕਿੱਦਾਂ ਕਿੱਦਾਂ ਆਪਾਂ ਘਰ ਦੇ ਅੰਦਰ ਸਬਜ਼ੀਆਂ ਲਾ ਸਕਦੇ ਹਾਂ ਉਹ ਵੀ ਆਪਣਾ ਵੇਸਟ ਸਮਾਨ ਚੱਕ ਕੇ ਘਰ ਦੇ ਅੰਦਰੋਂ ਹੀ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡੇ ਲਈ ਹਰ ਰੋਜ਼ ਇੱਕ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂਗੇ ਉਹ ਚੋਣਿਆ ਉਹ ਬਹਿ ਜਾਓ ਟੈਕੇ ਤੈਨੂੰ ਮੈਂ ਦੱਸਾਂ ਇਹ ਮੈਂ ਸੋਟੀ ਬੜੀ ਫੇਰਦਾ ਹੁੰਦਾ